ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਰਾਜਮਾਨ ਨੇ, ਸੰਗਤਾਂ ਦਾ ਪਾਰ ਉਤਾਰਾ ਕਰ ਰਹੇ ਨੇ, ਭਲਾ ਕਰ ਰਹੇ ਨੇ ਸੰਗਤਾਂ ਦਾ। ਇੱਕ ਬਠਿੰਡੇ ਦੇ ਇਲਾਕੇ ਦੇ ਰਹਿਣ ਵਾਲਾ ਕਹਿੰਦੇ ਬਾਬਾ ਆਦਮ ਹੋਇਆ ਜੀ, ਉਮਰ ਤਕਰੀਬਨ 60-65 ਸਾਲਾਂ ਦੀ, ਬਜ਼ੁਰਗ ਅਵਸਥਾ, ਪਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਜੀ, ਘਰ ਦੇ ਵਿੱਚ ਕੋਈ ਸੰਤਾਨ ਨਹੀਂ। ਰੱਬ ਦਾ ਦਿੱਤਾ ਸਭ ਕੁਝ ਹੈ, ਜ਼ਮੀਨਾਂ ਜਾਇਦਾਦਾਂ ਧਨ ਦੌਲਤਾਂ, ਕਿਸੇ ਚੀਜ਼ ਦੀ ਖਾਮੀ ਨਹੀਂ, ਕਮੀ ਨਹੀਂ ਹੈ, ਪਰ ਇੱਕ ਔਲਾਦ ਦੀ ਕਮੀ ਹੈ। ਬਹੁਤ ਜਗ੍ਹਾ ਤੇ ਬੰਦੇ ਭਟਕਦੇ ਨੇ, ਜਦੋਂ ਕਹਿੰਦੇ ਹੁੰਦੇ ਨੇ ਕਿਸੇ ਵੀ ਦਰ ਤੋਂ ਖੈਰ ਨਾ ਪਵੇ ਤੇ ਬੰਦਾ ਜੀ ਬਹੁਤ ਕੁਝ ਕਰਦਾ, ਬੜੇ ਤਰੀਕੇ ਬਣਾਉਂਦਾ ਹੈ, ਪੁੱਠੇ ਸਿੱਧੇ ਕੰਮ ਵੀ ਕਰਦੇ। ਇੱਥੇ ਦੁਨੀਆਂ ਤੇ ਲੋਕ ਇਹੋ ਜਿਹੀ ਵੀ ਦੇਖੇ ਨੇ ਵੀ ਆਪਣੀ ਔਲਾਦ ਦੀ ਪ੍ਰਾਪਤੀ ਵਾਸਤੇ ਦੂਜਿਆਂ ਦੇ ਪੁੱਤਰਾਂ ਦੀਆਂ ਬਲੀਆਂ ਦਿੰਦੇ ਦੇਖੇ ਨੇ, ਵੀ ਕਿਸੇ ਦੇ ਪੁੱਤਰ ਦੀ ਬਲੀ ਦੇਣੀ ਤੇ ਆਪਣੇ ਘਰ ਪੁੱਤਰ ਦੀ ਪ੍ਰਾਪਤੀ ਵਾਸਤੇ, ਇਹ ਕਿੱਥੋਂ ਦਾ ਨਿਆਂ ਹੈ? ਬਹੁਤ ਦੁਨੀਆਂ ਦੇ ਲੋਕ ਪੁੱਠੇ ਸਿੱਧੇ ਕੰਮ ਕਰਦੇ ਨੇ ਸੰਤਾਨ ਦੀ ਪ੍ਰਾਪਤੀ ਵਾਸਤੇ, ਕਿਉਂਕਿ ਇਹ ਸਾਡੀਆਂ ਜ਼ਰੂਰਤਾਂ ਨੇ, ਇਹ ਲੋੜਾਂ ਨੇ ਸਾਡੀਆਂ। ਇਹਨਾਂ ਬਿਨਾਂ ਨਹੀਂ ਸਰਦਾ, ਇਹ ਸਾਡੇ ਸਹਾਰੇ ਬਣਦੇ ਨੇ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਕਹਿੰਦੇ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਲੋਹਾ ਟੁੱਟ ਜਾਵੇ, ਸੋਨੇ ਦਾ ਗਹਿਣਾ ਟੁੱਟ ਜਾਵੇ, ਸੁਨਿਆਰ ਸੋਨੇ ਦੇ ਗਹਿਣੇ ਨੂੰ ਜੋੜ ਲੈਂਦਾ ਹੈ, ਤੇ ਲੋਹਾ ਟੁੱਟ ਜਾਵੇ, ਲੁਹਾਰ ਹੁੰਦਾ ਜਿਹੜਾ ਉਹ ਅੱਜ ਕੱਲ ਵੈਲਡਿੰਗ ਕਰਕੇ ਲੋਹਾ ਜੋੜ ਦਿੱਤਾ ਜਾਂਦਾ ਹੈ। ਕਹਿੰਦੇ ਗੋਰੀ ਸੇਤੀ ਟੁੱਟੈ ਪਤਾਰ, ਕਹਿੰਦੇ ਇੱਕ ਮੀਆਂ ਬੀਬੀ ਆਪਸ ਦੇ ਵਿੱਚ ਗੁੱਸੇ ਹੋ ਕੇ ਰਿਸ਼ਤਾ ਟੁੱਟ ਜਾਵੇ, ਤੇ ਇਸ ਟੁੱਟੇ ਹੋਏ ਰਿਸ਼ਤੇ ਨੂੰ ਜੋੜਨ ਵਾਸਤੇ ਪੁੱਤੀ ਗੰਢ ਪਵੇ ਸੰਸਾਰ। ਸੰਤਾਨ ਜੋੜ ਦਿੰਦੀ ਹੈ ਜੀ ਟੁੱਟੇ ਹੋਏ ਰਿਸ਼ਤਿਆਂ ਨੂੰ, ਦੇਖਦੇ ਆ ਨਾ ਬਹੁਤਾਤ ਗਿਣਤੀ ਵਿੱਚ ਜਿਨ੍ਹਾਂ ਦੇ ਸੰਤਾਨ ਹੁੰਦੀ ਵੀ ਹੈ ਫਿਰ ਵੀ ਆਪਸ ਦੇ ਵਿੱਚ ਮੀਆਂ ਬੀਬੀ ਦਾ ਝਗੜਾ ਹੋ ਜਾਂਦਾ, ਤਲਾਕ ਤੱਕ ਗੱਲ ਪਹੁੰਚ ਜਾਂਦੀ ਹੈ ਜੀ, ਪਰ ਫਿਰ ਪਿੰਡ ਦੇ ਮੋਹਤਵਾਰ ਬੰਦੇ ਇਕੱਠੇ ਹੋ ਕੇ ਆਉਂਦੇ ਆ ਵੀ ਤੁਸੀਂ ਤੇ ਅੱਡੋ ਅੱਡ ਹੋ ਜਾਓਗੇ, ਆਹ ਬੱਚਿਆਂ ਬਾਰੇ ਸੋਚ ਲਓ ਇਹਨਾਂ ਦਾ ਕੀ ਬਣੇਗਾ, ਜਦੋਂ ਬੱਚਿਆਂ ਦਾ ਨਾ ਲੈਂਦੇ ਫਿਰ ਦੁਬਾਰਾ ਮਿਲ ਪੈਂਦੇ। ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਪੁੱਤੀ ਦਾ ਮਤਲਬ ਪੁੱਤਰ ਨਹੀਂ, ਚਾਹੇ ਧੀ ਹੋਵੇ ਚਾਹੇ ਪੁੱਤਰ ਹੋਵੇ, ਦੋਨੇ ਇੱਕੋ ਬਰਾਬਰ ਨੇ ਸਾਡੇ ਸਿੱਖ ਧਰਮ ਦੇ ਵਿੱਚ। ਕੇਵਲ ਇੱਥੇ ਪੁੱਤਰ ਦੀ ਗੱਲ ਨਹੀਂ ਹੋ ਰਹੀ, ਰੋਣ ਵਾਲੇ ਤਾਂ ਪੁੱਤਾਂ ਵਾਲੇ ਵੀ ਰੋਈ ਜਾਂਦੇ ਆ, ਜਿਨ੍ਹਾਂ ਦੇ ਪੁੱਤਰ ਨੇ ਉਹ ਵੀ ਰੋ ਰਹੇ ਆ, ਤੇ ਜਿਹੜੇ ਖੁਸ਼ ਨੇ ਉਹ ਇਕੱਲੀਆਂ ਧੀਆਂ ਨਾਲ ਵੀ ਖੁਸ਼ ਨੇ, ਕਿਉਂਕਿ ਧੀਆਂ ਮਾਪਿਆਂ ਦਾ ਸਹਾਰਾ ਬਣਦੀਆਂ ਜੀ। ਉਹ ਕਹਿੰਦੇ ਹੁੰਦੇ ਨਾ ਵੀ ਪੁੱਤਰ ਜ਼ਮੀਨਾਂ ਵਡਾਉਂਦੇ ਨੇ ਤੇ ਧੀਆਂ ਦੁੱਖ ਵਡਾਉਂਦੇ। ਇਸ ਕਰਕੇ ਇਸ ਭਰਮ ਦੇ ਵਿੱਚ ਨਹੀਂ ਪੈਣਾ ਵੀ ਇੱਥੇ ਗੁਰੂ ਸਾਹਿਬ ਪੁੱਤਰ ਦੀ ਗੱਲ ਕਰ ਰਹੇ, ਇੱਥੇ ਸੰਤਾਨ ਦੀ ਗੱਲ ਕਰ ਰਹੇ ਨੇ। ਪੁੱਤੀ ਗੰਢ ਪਵੈ ਸੰਸਾਰ, ਜੇ ਸੰਤਾਨ ਹੋਵੇ ਤੇ ਮਿਲਾਪ ਹੋ ਜਾਂਦਾ ਜੀ, ਰਿਸ਼ਤਾ ਵੱਜ ਜਾਂਦਾ ਹੈ, ਗੰਢ ਪੈ ਜਾਂਦੀ ਹੈ ਰਿਸ਼ਤੇ। ਕਹਿੰਦੇ ਬਾਬੇ ਆਦਮ ਦੇ ਘਰ ਵਿੱਚ ਸੰਤਾਨ ਨਹੀਂ ਸੀ, 60-65 ਸਾਲਾਂ ਦੀ ਉਮਰ ਦੋਨੇ ਮੀਆਂ ਬੀਬੀ ਦੀ, ਬਜ਼ੁਰਗ ਅਵਸਥਾ ਵਿੱਚ ਦਰਬ ਦਰ ਜਾਂ ਭਟਕ ਕੇ ਦੇਖ ਲਏ, ਪਰ ਕਿਸੇ ਵੀ ਦਰ ਤੋਂ ਖੈਰ ਨਹੀਂ ਪਈ ਉਹਨਾਂ ਦੀ ਝੋਲੀ ਵਿੱਚ। ਇੱਕ ਕਹਿੰਦੇ ਸਿੱਖ ਆਇਆ,
ਬਾਬੇ ਆਦਮ ਦੇ ਨਗਰ ਦੇ ਵਿੱਚ ਬਾਬਾ ਆਦਮ ਜੀ ਤੁਰੇ ਜਾ ਰਹੇ ਸੀ ਗਲੀ ਵਿੱਚ। ਸਿੱਖ ਨੇ ਕਿਹਾ ਵੀ ਬਾਬਾ ਆਦਮ ਜੀ ਨੂੰ ਮਿਲੇ ਆਓ, ਭਗਤ ਕੀਤੀ। ਬਾਬਾ ਆਦਮ ਜੀ ਦੀ ਸੇਵਾ ਬੜੀ ਕਰਦੇ ਸੀ ਕਿਉਂਕਿ ਕੋਈ ਵੀ ਆਉਂਦਾ ਜਾਂਦਾ ਰਾਹੀ ਆਉਂਦਾ ਆਪਣੇ ਘਰ ਉਹਨੂੰ ਰਹਿਣ ਵਾਸਤੇ ਜਗ੍ਹਾ ਦਿੰਦੇ, ਪ੍ਰਸ਼ਾਦਾ ਪਾਣੀ ਵੀ ਛਕਾਉਂਦੇ ਬਾਬਾ ਆਦਮ ਜੀ। ਉਹ ਸਿੱਖ ਕਹਿੰਦਾ ਜੀ ਮੈਂ ਅੱਜ ਰਾਤ ਕੱਟਣੀ ਹੈ ਤੇ ਮੈਨੂੰ ਰਹਿਣ ਵਾਸਤੇ ਕੋਈ ਜਗ੍ਹਾ ਦੇ। ਬਾਬਾ ਆਦਮ ਜੀ ਕਹਿਣ ਲੱਗੇ ਪਿੰਡ ਦੀ ਕੋਈ ਸਾਂਝੀ ਜਗ੍ਹਾ ਤੇ ਹੈ ਨੀ, ਤੁਸੀਂ ਏਦਾਂ ਕਰੋ ਮੇਰੇ ਘਰ ਜਗ੍ਹਾ ਹੈ, ਦਾਤੇ ਦਾ ਸਭ ਕੁਝ ਦਿੱਤਾ, ਤੁਸੀਂ ਮੇਰੇ ਘਰ ਆਓ। ਬਾਬਾ ਆਦਮ ਜੀ ਉਹ ਸਿੱਖ ਨੂੰ ਲੈ ਗਏ ਆਪਣੇ ਘਰ, ਮੰਜਾ ਡਾਹਿਆ, ਆਪਸ ਦੇ ਵਿੱਚ ਵਿਚਾਰ ਵਟਾਂਦਰੇ ਹੋ ਰਹੇ, ਨਾਲੇ ਜਲ ਪਾਣੀ ਛਕਾਇਆ ਉਹ ਸਿੱਖ ਨੂੰ। ਉਹ ਸਿੱਖ ਬਾਬੇ ਆਦਮ ਨੂੰ ਕਹਿੰਦਾ ਕੀ ਗੱਲ ਬਾਬਾ ਜੀ, ਤੁਹਾਡੇ ਪੋਤਰੇ ਨਹੀਂ ਨਜ਼ਰ ਆਉਂਦੇ। ਸਿੱਖ ਨੇ ਸਵਾਲ ਕੀਤਾ ਬਾਬਾ ਜੀ ਤੁਹਾਡੇ ਘਰ ਨਿਆਣੇ ਨਹੀਂ ਨਜ਼ਰ ਆਉਂਦੇ, ਪੋਤਰੇ ਨਹੀਂ ਨਜ਼ਰ ਆਉਂਦੇ, ਕੀ ਗੱਲ? ਬਾਬਾ ਆਦਮ ਕਹਿੰਦਾ ਸਿੱਖਾ ਤੂੰ ਗੱਲ ਪੋਤਰਿਆਂ ਦੀ ਕਰਦਾ, ਮੇਰੇ ਤੇ ਪੁੱਤਰ ਵੀ ਨਹੀਂ ਹੋਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਘਰ ਸੰਤਾਨ ਹੀ ਨਹੀਂ ਹੋਈ, 65 ਸਾਲਾਂ ਦੀ ਉਮਰ ਹੋ ਗਈ ਹੈ, ਹਜੇ ਤੱਕ ਨਹੀਂ ਖੈਰ ਪਈ ਕਿਸੇ ਵੀ ਦਰ ਤੋਂ। ਸਿੱਖ ਕਹਿੰਦਾ ਬਾਬਾ ਜੀ ਕਿੱਥੇ ਕਿੱਥੇ ਜਾ ਕੇ ਆਏ ਤੁਸੀਂ? ਬਾਬਾ ਆਦਮ ਕਹਿੰਦਾ ਸਿੱਖਾ ਇਹੋ ਜਿਹਾ ਕੋਈ ਦਰ ਨਹੀਂ ਛੱਡਿਆ ਜਿਹੜੇ ਦਰ ਤੇ ਅਸੀਂ ਨਾ ਜਾ ਕੇ ਆਏ ਹੋਈ। ਪੁੱਠੇ ਸਿੱਧੇ ਕੰਮ ਵੀ ਕਰਕੇ ਦੇਖ ਲਏ, ਚੇਲਿਆਂ ਚਪਟਿਆਂ ਦੇ ਕੋਲ ਜਾ ਕੇ ਵੀ ਦੇਖ ਲਿਆ, ਪਰ ਕਿਸੇ ਵੀ ਦਰ ਤੋਂ ਖੈਰ ਨਾ ਪਈ। ਹੁਣ ਉਹ ਸਿੱਖ ਬੰਦਗੀ ਵਾਲਾ ਸੀ, ਗੁਰੂ ਰਾਮਦਾਸ ਮਹਾਰਾਜ ਦਾ ਸਿੱਖ ਸੀ ਜੀ, ਸੱਚੇ ਪਾਤਸ਼ਾਹ ਦਾ ਸਿੱਖ ਸੀ। ਬਾਬੇ ਆਦਮ ਨੂੰ ਕਹਿੰਦਾ ਬਾਬਾ ਆਦਮ ਜੀ ਜੇ ਤੁਸੀਂ ਸਾਰੇ ਦੁਆਰਿਆਂ ਤੇ ਜਾ ਕੇ ਆ ਗਏ ਪਰ ਇੱਕ ਦਰ ਮੈਨੂੰ ਲੱਗਦਾ ਤੁਸੀਂ ਉੱਥੇ ਨਹੀਂ ਗਏ, ਗੁਰੂ ਨਾਨਕ ਦਾ ਦਰ ਹੈ। ਕਹਿੰਦਾ ਨਹੀਂ ਗਏ। ਬਾਬਾ ਆਦਮ ਨੂੰ ਕਹਿੰਦਾ ਤੁਸੀਂ ਗੁਰੂ ਨਾਨਕ ਦੇ ਦਰ ਤੇ ਜਾਓ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਉੱਥੇ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੀ ਗੱਦੀ ਤੇ ਵਿਰਾਜਮਾਨ ਨੇ। ਤੇ ਸਾਧ ਸੰਗਤ ਜੀ ਬਾਬਾ ਆਦਮ ਤੇ ਬਾਬੇ ਆਦਮ ਦੀ ਘਰ ਵਾਲੀ ਮਾਈ ਬੀਬੀ ਕੋਲ ਖੜੀ ਸੁਣ ਰਹੀ ਹੈ, ਮਨ ਵਿੱਚ ਚਾਹ ਪੈਦਾ ਹੋਇਆ ਵੀ ਕੋਈ ਤੇ ਆਇਆ ਸਾਨੂੰ ਸਿੱਧੇ ਰਾਹ ਪਾਉਣ ਵਾਲਾ, ਕੋਈ ਤੇ ਆਇਆ ਰਸਤਾ ਦਿਖਾਉਣ ਵਾਲਾ। ਵੇਖੋ ਜੀ ਔਰਤ ਹੁੰਦੀ ਹੈ ਨਾ ਜਿਹੜੀ, ਔਰਤ ਲੱਖਾਂ ਹਾਰ ਸ਼ਿੰਗਾਰ ਕਰ ਲਵੇ ਭਾਵੇਂ ਕਿੱਡੇ ਵੀ ਤਗੜੇ ਘਰੇ ਕਿਉਂ ਨਾ ਵਿਆਹੀ ਹੋਵੇ। ਉਹ ਵਿਦਵਾਨ ਕਹਿੰਦੇ ਨੇ ਨਾ ਮਾਵਾਂ ਭਾਵੇਂ ਹੋਵਣ ਪਰੀਆਂ, ਸ਼ਾਹੀ ਘਰੀ ਵਿਆਹਵਣ ਪਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗੱਲ। ਵੱਡੇ ਵੱਡੇ ਘਰਾਂ ਚ ਕਿਉਂ ਨਾ ਵਿਆਹੀ ਹੋਵੇ ਔਰਤ, ਚੰਗਾ ਖਾਂਦੀ ਪੀਂਦੀ ਪਹਿਣਦੀ ਹੋਵੇ, ਵਧੀਆ ਹਾਰ ਸ਼ਿੰਗਾਰ ਸੁਹਾਪਣ ਹੋਵੇ ਚਿਹਰੇ ਤੇ, ਪਰ ਵਿਦਵਾਨ ਕਹਿੰਦੇ ਉਹਦਾ ਸ਼ਿੰਗਾਰ ਉਦੋਂ ਤੱਕ ਪੂਰਾ ਨਹੀਂ ਮੰਨਿਆ ਜਾਂਦਾ ਔਰਤ ਦਾ ਜਦੋਂ ਤੱਕ ਝੋਲੀ ਵਿੱਚ ਬੱਚਾ ਨਹੀਂ ਆ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗੱਲ ਹਾਰ ਨਾ ਹੋਵੇ। ਹੁਣ ਉਹ ਬਜ਼ੁਰਗ ਮਾਈ ਰੋ ਰਹੀ ਹੈ ਜੀ, ਅੱਖਾਂ ਦੇ ਵਿੱਚ ਹੰਝੂ ਸੁੱਟਦੀ ਹੈ ਵੀ ਹੁਣ ਤੇ ਉਮਰਾਂ ਲੰਘ ਗਈਆਂ, ਹੁਣ ਕਿੱਥੇ ਕੁੱਖ ਹਰੀ ਹੋਣੀ ਹੈ। ਉਹ ਸਿੱਖ ਕਹਿੰਦਾ ਤੁਸੀਂ ਭਾਵਨਾ ਰੱਖ ਕੇ ਜਾਓ ਤੇ ਸਹੀ, ਮੇਰੇ ਦਰ ਦਾ ਮੇਰੇ ਸਤਿਗੁਰੂ ਦਾ ਦਰ ਐਸਾ ਹੈ ਦੁਨੀਆ ਉੱਥੇ ਰੋਂਦੀ ਜਾਂਦੀ ਹੈ ਤੇ ਹੱਸਦੇ ਆਉਂਦੇ, ਤੁਸੀਂ ਜਾਓ। ਹਾਂ ਇੱਕ ਸ਼ਰਤ ਹੈ ਮੇਰੀ, ਜਾਓਗੇ ਜਦੋਂ ਗੁਰੂ ਰਾਮਦਾਸ ਦੇ ਦਰ ਤੇ ਤੁਸੀਂ ਕੋਈ ਮੰਗ ਨਹੀਂ ਮੰਗਣੀ, ਸਤਿਗੁਰੂ ਜੀ ਆਪੇ ਖੁਸ਼ ਹੋ ਕੇ ਤੁਹਾਡੀ ਝੋਲੀ ਵਿੱਚ ਖੈਰ ਪਾ ਰਹੇ।
ਇੱਥੇ ਸਾਨੂੰ ਵੀ ਸਿੱਖਿਆ ਲੈ ਲੈਣੀ ਚਾਹੀਦੀ ਹੈ। ਹੁਣ ਦੋਨੇ ਮੀਆਂ ਬੀਬੀ ਨੇ ਸਲਾਹ ਬਣਾ ਲਈ, ਚਲੋ ਬੜੇ ਦਰਾਂ ਤੇ ਜਾ ਕੇ ਆ ਗਏ, ਇਸ ਇੱਕ ਦਰ ਤੇ ਵੀ ਜਾ ਆਈਏ ਗੁਰੂ ਨਾਨਕ ਦੇ ਦਰ ਤੇ ਵੀ। ਦੋਨੇ ਮੀਆਂ ਬੀਬੀ ਗਏ ਜੀ, ਜਾ ਕੇ ਏਦਾਂ ਨੀ ਸੋਚਿਆ ਵੀ ਗੁਰੂ ਰਾਮਦਾਸ ਮਹਾਰਾਜ ਨੂੰ ਮਿਲੀਏ ਜਾ ਕੇ। ਅਸੀਂ ਜਿਹੜੀ ਸਿੱਖਿਆ ਸਿੱਖ ਨੇ ਦਿੱਤੀ ਸੀ ਵੀ ਜਾਣ ਸਾਰ ਤੁਸੀਂ ਸੇਵਾ ਦੇ ਵਿੱਚ ਲੱਗ ਜਾ। ਦੋਨੇ ਮੀਆਂ ਬੀਬੀ ਗਏ ਲੰਗਰ ਹਾਲ ਦੇ ਵਿੱਚ ਸੇਵਾ ਕਰਨ ਲੱਗ ਗਏ ਜੀ। ਤੇ ਬਾਬੇ ਆਦਮ ਨੇ ਸੇਵਾ ਪਤਾ ਕਿਹੜੀ ਲਈ? ਜੰਗਲ ਦੇ ਵਿੱਚੋਂ ਲੰਗਰ ਵਾਸਤੇ ਲੱਕੜਾਂ ਵੱਢ ਕੇ ਲਿਆਉਂਦੇ ਨੇ, ਪੰਡ ਬੰਨ ਕੇ ਸਿਰ ਤੇ ਚੁੱਕ ਕੇ ਲੈ ਕੇ ਆਉਂਦੇ ਨੇ ਬਾਬਾ ਆਦਮ ਜੀ। ਤੇ ਉਹ ਬਜ਼ੁਰਗ ਬੀਬੀ ਬਾਬੇ ਆਦਮ ਦੇ ਘਰੋਂ ਮਾਈ ਉਹ ਲੰਗਰ ਪਕਾਉਣ ਦੀ ਸੇਵਾ ਕਰਦੀ ਜੀ, ਭਾਂਡੇ ਮਾਂਜਣ ਦੀ ਸੇਵਾ ਕਰਦੀ। ਹਜੇ ਤੱਕ ਗੁਰੂ ਰਾਮਦਾਸ ਮਹਾਰਾਜ ਜੀ ਮਿਲੇ ਨਹੀਂ, 6 ਮਹੀਨੇ ਹੋ ਗਏ ਕਹਿੰਦੇ, ਪਰ ਫਿਰ ਵੀ ਮਨ ਅਡੋਲ ਹੈ ਕਿਉਂਕਿ ਸਿੱਖ ਨੇ ਸਿੱਧਾ ਰਸਤਾ ਦਿਖਾਤਾ ਨਾ, ਦੱਸਤਾ ਵੀ ਮੰਗਣਾ ਨੀ ਕੁੱਝ ਜਾ ਕੇ। ਇਸ ਸੰਗਤ ਜੀ 6 ਮਹੀਨੇ ਲੰਘ ਕੇ ਨਾ ਤੇ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਆ ਕੇ ਮਿਲੇ ਤੇ ਨਾ ਹੀ ਕੋਈ ਬਚਨ ਬਿਲਾਸ ਹੋਏ। ਇੱਕ ਦਿਨ ਕੀ ਹੋਇਆ, ਦੋਨੇ ਮੀਆਂ ਬੀਬੀ ਸ਼ਾਮ ਨੂੰ ਆਰਾਮ ਕਰ ਰਹੇ ਸੀ, ਬਾਬੇ ਆਦਮ ਦੇ ਘਰੋਂ ਉਹ ਬੀਬੀ ਆਪਣੇ ਪਤੀ ਬਾਬੇ ਆਦਮ ਨੂੰ ਕਹਿੰਦੀ ਹੈ, ਸਵਾਮੀ ਜੀ ਕਦੇ ਸੁੱਕੇ ਬਾਗ ਵੀ ਹਰੇ ਹੋਏ ਆ? ਵੀ ਸ਼ੰਕਾ ਜੀ ਹੋ ਗਈ ਮਨ ਵਿੱਚ ਵੀ, ਹੁਣ ਤੇ ਉਮਰ ਲੰਘ ਗਈ, ਹੁਣ ਕਿੱਥੇ ਭੁੱਖ ਹਰੀ ਹੋਣੀ, ਵੀ ਕਦੇ ਸੁੱਕੇ ਬਾਗ ਵੀ ਹਰੇ ਹੋਏ ਆ? ਬਾਬੇ ਆਦਮ ਦੇ ਵਿੱਚ ਅੰਦਰ ਸ਼ਰਧਾ ਬੜੀ ਬਣ ਗਈ ਸੀ ਜੀ, ਪ੍ਰੇਮ ਬੜਾ ਪੈਦਾ ਹੋ ਗਿਆ ਸੀ ਸੇਵਾ ਕਰਕੇ। ਇੱਛਾ ਹੀ ਮਰ ਗਈ ਸੀ ਅੰਦਰੋਂ ਵੀ ਜਿਸ ਦਿਨ ਸਤਿਗੁਰੂ ਨੇ ਕਿਰਪਾ ਕਰਨੀ ਹੋਈ ਆਪਣੇ ਆਪ ਝੋਲੀ ਵਿੱਚ ਦਾਤ ਪਾ ਦੇਣਾ। ਹੁਣ ਇੱਕ ਦਿਨ ਕੀ ਹੋਇਆ, 6 ਮਹੀਨੇ ਲੰਘ ਗਏ ਪਰ ਉਹਨਾਂ ਨੇ ਕੋਈ ਵੀ ਦਾਤ ਨਹੀਂ ਮੰਗੀ, ਕੋਈ ਇੱਛਾ ਨਹੀਂ ਰੱਖੀ ਮਨ ਦੇ ਵਿੱਚ। ਇੱਥੇ ਅਸੀਂ ਵੀ ਗਿਆਨ ਲੈ ਲਈਏ ਵੀ ਅਸੀਂ ਗੁਰੂ ਦੇ ਕੋਲ ਆਉਣੇ, ਅਸੀਂ ਤੇ ਆਉਣ ਸਾਰ ਇਹ ਕਹਿਣੇ ਆ ਦਾਤਿਆ ਪਹਿਲਾਂ ਸਾਡਾ ਆਹ ਕੰਮ ਕਰ ਫਿਰ ਸਹਿਜ ਪਾਠ ਕਰਾਵਾਂਗੇ। ਅਸੀਂ ਸ਼ਰਤਾਂ ਰੱਖਦੇ ਹਾਂ ਗੁਰੂ ਅੱਗੇ ਵੀ ਪਹਿਲਾਂ ਤੂੰ ਕਰ ਸਾਡਾ ਕੰਮ ਫਿਰ ਕਰਾਵਾਂਗੇ ਪਾਠ। ਗੱਲ ਸੱਚੀ ਹੈ ਜੀ, ਵੀ ਜੇ ਤੂੰ ਕੰਮ ਕਰਤਾ ਫਿਰ ਕਰਾਵਾਂਗੇ ਪਾਠ, ਹੋਣੀ ਕਰਾਉਣਾ ਸੀ। ਹੁਣ ਬਾਬੇ ਆਦਮ ਦਾ ਜੀਵਨ ਦੇਖੋ, ਬਾਬੇ ਆਦਮ ਨੂੰ 6 ਮਹੀਨੇ ਹੋ ਗਏ ਪਰ ਕੋਈ ਇੱਛਾ ਨਹੀਂ ਮਨ ਦੇ ਵਿੱਚ ਨਾ ਸਤਿਗੁਰਾਂ ਨੂੰ ਮਿਲੇ। ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਸਿੱਖ ਸੰਗਤਾਂ ਦੇ ਨਾਲ ਬਾਹਰ ਗਏ ਹੋਏ ਸੀ ਜੀ ਕਿਤੇ, ਜਦੋਂ ਆ ਰਹੇ ਨੇ ਵਾਪਸ, ਆਉਂਦਿਆਂ ਆਉਂਦਿਆਂ ਨੂੰ ਰਸਤੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ, ਹਨੇਰੀ ਆ ਗਈ, ਠੰਡ ਦਾ ਸਮਾਂ ਸੀ। ਜਦੋਂ ਹਰਿਮੰਦਰ ਸਾਹਿਬ ਪਹੁੰਚੇ, ਦਰਬਾਰ ਵਾਹਿਗੁਰੂ ਸਰੋਵਰ ਦੀ ਪ੍ਰਕਰਮਾ ਵਿੱਚ ਪਹੁੰਚੇ ਸੰਗਤਾਂ ਨੂੰ ਲੈ ਕੇ, ਸ਼ਾਮ ਦਾ ਵੇਲਾ ਸੀ ਜੀ, ਹਨੇਰਾ ਹੋ ਗਿਆ ਸੀ। ਗੁਰੂ ਰਾਮਦਾਸ ਮਹਾਰਾਜ ਨੇ ਆਵਾਜ਼ ਮਾਰੀ, ਕੋਈ ਜਾਗਦਾ ਹੈ ਸਿੱਖ ਇਸ ਟਾਈਮ? ਜਿਹੜਾ ਨਾ ਸੁੱਤਾ ਹੋਵੇ ਕੋਈ ਹੈ ਐਸਾ ਸਿੱਖ? ਸੰਗਤਾਂ ਨੂੰ ਅੱਗ ਸਕਾ ਦੇਵੇ, ਸੰਗਤਾਂ ਠੰਡ ਦੇ ਨਾਲ ਮਰਨੀਆਂ ਨੇ, ਸੰਗਤਾਂ ਨੂੰ ਕਾਲਾ ਲੱਗ ਰਿਹਾ ਏ, ਸਰਦੀ ਲੱਗ ਰਹੀ ਹੈ, ਮੀਂਹ ਬੜਾ ਪੈ ਰਿਹਾ, ਸੰਗਤਾਂ ਦੇ ਕੱਪੜੇ ਗਿੱਲੇ ਹੋ ਗਏ, ਕੋਈ ਹੈ ਉਹ ਜਿਹਾ ਸਿੱਖ ਜਿਹੜਾ ਧੂਣੀਆਂ ਬਾਲ ਕੇ, ਅੱਗ ਬਾਲ ਕੇ ਸੰਗਤਾਂ ਦੇ ਕੱਪੜੇ ਸੁਕਾ ਦੇਵੇ, ਅੱਗ ਸੁਕਾ ਦੇਵੇ? ਤੇ ਬਾਬਾ ਆਦਮ ਜੀ ਆਏ ਜੀ ਬਾਹਰ। ਉਹਨਾਂ ਨੇ ਉਹ ਕੀ ਕਰਦੇ ਸੀ, ਇੱਕ ਪੰਡ ਲੱਕੜਾਂ ਦੀ ਲੰਗਰ ਵਿੱਚ ਸੁੱਟਦੇ ਤੇ ਇੱਕ ਜਿੱਥੇ ਆਪਣੀ ਰਹਿਣ ਵਾਸਤੇ ਗੁਰੂ ਸਾਹਿਬ ਨੇ ਜਗ੍ਹਾ ਦਿੱਤੀ ਸੀ ਉੱਥੇ ਕਹਿੰਦੇ ਇੱਕ ਪੰਡ ਜਮ੍ਹਾਂ ਕਰ ਲਿਆ ਕਰਦੇ ਸੀ, ਵੀ ਲੋੜ ਪੈਣ ਤੇ ਜਦੋਂ ਜ਼ਰੂਰਤ ਪਵੇਗੀ ਵਰਤ ਲਵਾਂਗੇ।
ਲੱਕੜਾਂ ਦੀ ਪੰਡ ਚੁੱਕੀ ਬਾਬੇ ਆਦਮ ਨੇ ਕਹਿੰਦੇ ਸਰੋਵਰ ਦੀ ਪਰਿਕਰਮਾ ਦੇ ਆਸੇ ਪਾਸੇ ਜੀ ਗੀਠੀਆਂ ਬਾਲ ਦਿੱਤੀਆਂ, ਧੂਣੀਆਂ ਬਾਲ ਦਿੱਤੀਆਂ। ਜਦੋਂ ਧੂਣੀਆਂ ਬਾਲ ਦਿੱਤੀਆਂ ਬੜੇ ਖੁਸ਼ ਹੋਏ ਗੁਰੂ ਰਾਮਦਾਸ ਮਹਾਰਾਜ ਜੀ। ਸੰਗਤਾਂ ਦੇ ਕੱਪੜੇ ਸੁੱਕੇ, ਬੜੀਆਂ ਸੰਗਤਾਂ ਖੁਸ਼ ਹੋਈਆਂ, ਠੰਡ ਵੀ ਦੂਰ ਹੋ ਗਈ। ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਅੰਮ੍ਰਿਤ ਵੇਲੇ ਗੁਰੂ ਰਾਮਦਾਸ ਮਹਾਰਾਜ ਨੇ ਕਹਿੰਦੇ ਆਪ ਆਵਾਜ਼ ਮਾਰੀ, ਜਿਹੜੇ ਸਿੱਖ ਨੇ ਰਾਤ ਸੰਗਤਾਂ ਦੀ ਸੇਵਾ ਕੀਤੀ ਸੀ ਉਹ ਸਿੱਖ ਨੂੰ ਬੁਲਾਓ। ਕਹਿੰਦੇ ਬਾਬੇ ਆਦਮ ਨੂੰ ਬੁਲਾਇਆ ਗਿਆ ਜੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਬਾਬਾ ਆਦਮ ਆਇਆ। ਬਾਬਾ ਆਦਮ ਜਦੋਂ ਆਇਆ, ਪੁੱਛਿਆ ਗੁਰੂ ਰਾਮਦਾਸ ਮਹਾਰਾਜ ਨੇ, ਭਾਈ ਸਿੱਖਾ ਕਿੱਥੋਂ ਆਇਆ, ਕੀ ਨਾਮ ਹੈ ਤੇਰਾ? ਕਹਿੰਦਾ ਜੀ ਮੇਰਾ ਨਾਮ ਹੈ ਆਦਮ। ਸਿੱਖਾ ਬਹੁਤ ਵੱਡੀ ਸੇਵਾ ਕਮਾਈ, ਅਸੀਂ ਖੁਸ਼ ਹਾਂ ਤੇਰੀ ਸੇਵਾ ਤੋਂ। ਮੰਗ ਲੈ, ਕੀ ਮੰਗਣ ਆਇਆ ਸਾਡੇ ਦਰ ਤੋਂ? ਬੜੀਆਂ ਸੰਗਤਾਂ ਖੜੀਆਂ ਸੀ ਜੀ ਉਸ ਸਮੇਂ, ਕਿਉਂਕਿ ਗੁਰੂ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਸੰਗਤਾਂ ਹੁੰਦੀਆਂ ਸੀ। ਬਾਬੇ ਆਦਮ ਨੂੰ ਗੁਰੂ ਰਾਮਦਾਸ ਕਹਿੰਦੇ, ਕਹਿੰਦੇ ਬਾਬਾ ਆਦਮ ਜੀ ਮੰਗ ਲਓ, ਕੀ ਮੰਗਣਾ, ਅਸੀਂ ਤੁਹਾਡੀ ਸੇਵਾ ਤੋਂ ਖੁਸ਼ ਹੈ। ਹੁਣ ਬਾਬਾ ਆਦਮ ਕਦੇ ਤਾਂ ਆਪਣੇ ਚਿੱਟੇ ਦਾੜੇ ਵੱਲ ਦੇਖੇ, ਕਦੇ ਸੰਗਤਾਂ ਵੱਲ ਦੇਖੇ, ਬੜਾ ਔਖਾ ਹੋ ਜਾਂਦਾ ਜੀ। ਜੇ ਹੁਣ ਬਾਬਾ ਆਦਮ ਮਨ ਵਿੱਚ ਸੋਚਦਾ, ਜੇ ਮੈਂ ਹੁਣ ਸੰਤਾਨ ਮੰਗੀ, ਦਾਤੇ ਦੇ ਚਰਨਾਂ ਚੋਂ ਔਲਾਦ ਮੰਗੀ, ਤੇ ਆ ਲੋਕ ਕੀ ਕਹਿਣਗੇ? ਲੋਕ ਤੇ ਝੇੜਾ ਕਰਨਗੇ। ਸੱਚੀ ਗੱਲ ਹੈ ਜੀ, ਕੋਈ ਬੰਦਾ ਦੁਖੀ ਹੋਵੇ, ਕਿਸੇ ਦੇ ਸਰੀਰ ਵਿੱਚ ਵੱਜ ਪਿਆ ਹੋਵੇ, ਦੁਨੀਆਂ ਦੇ ਲੋਕ ਮਖੌਲ ਕਰਦੇ ਆ। ਬਾਣੀ ਵਿੱਚ ਵੀ ਸਾਹਿਬ ਨੇ ਕਿਹਾ, ਦਾਰਦ ਦੇਖ ਸਭ ਕੋ ਹੱਸੈ ਐਸੀ ਦਸ਼ਾ ਹਮਾਰੀ। ਕਿਸੇ ਦੁਖੀ ਬੰਦੇ, ਕੋਈ ਦੁਖੀ ਬੰਦਾ ਹੋਵੇ, ਕਿਸੇ ਦੇ ਸਰੀਰ ਵਿੱਚ ਵੱਜ ਪਿਆ ਹੋਵੇ, ਟੇਢਾ ਬਿੰਗਾ ਹੋ ਕੇ ਚੱਲਦਾ ਹੋਵੇ, ਜਾਂ ਕਿਸੇ ਦਾ ਸਰੂਪ ਹੀ ਨਾ ਸੋਹਣਾ ਹੋਵੇ, ਦੁਨੀਆ ਮਖੌਲਾਂ ਕਰਦੀ ਹੈ ਜੀ, ਇਹੋ ਜਿਹੇ ਹਾਲਾਤ ਨੇ, ਦੁਨੀਆ ਦੀ ਫਿਤਰਤ ਹੈ। ਹੁਣ ਬਾਬਾ ਆਦਮ ਕਦੇ ਆਪਣੀ ਬਜ਼ੁਰਗ ਅਵਸਥਾ ਦਾੜੇ ਵੱਲ ਝਾਕਦਾ ਵੀ ਹੁਣ ਮੰਗਾਂ ਤੇ ਮੰਗਾਂ ਕਿਵੇਂ, ਇਹਦੀ ਸੰਗਤ ਖੜੀ ਹੈ। ਬਾਬੇ ਆਦਮ ਨੇ ਹੱਥ ਜੋੜ ਕੇ ਕਿਹਾ, ਸੱਚੀ ਪਾਤਸ਼ਾਹ ਮੈਂ ਕੀ ਮੰਗਣਾ, ਬਸ ਜਿੰਨੀ ਕੁ ਉਮਰ ਰਹਿ ਗਈ ਹੈ, ਕਿਰਪਾ ਕਰੋ ਤੁਹਾਡੇ ਚਰਨਾਂ 'ਚ ਲਿਖੇ ਲੱਗ ਲੱਗ। ਗੁਰੂ ਰਾਮਦਾਸ ਬਾਬੇ ਆਦਮ ਨੂੰ ਕਹਿੰਦੇ, ਬਾਬਾ ਜੀ ਅਸੀਂ ਖੁਸ਼ ਹਾਂ, ਕੱਲ ਨੂੰ ਮੰਗ ਲਿਓ, ਚਾਹੇ ਵਿਚਾਰ ਲਓ ਆਪਣੀ ਘਰਵਾਲੀ ਨਾਲ, ਸਲਾਹ ਮਸ਼ਵਰਾ ਕਰ ਲਿਓ ਜੀ, ਕੋਈ ਗੱਲ ਨਹੀਂ, ਜੋ ਮੰਗੋਗੇ ਮਿਲੇਗਾ ਤੁਹਾਨੂੰ। ਬਾਬਾ ਆਦਮ ਜੀ ਗਏ ਆਪਣੀ ਘਰਵਾਲੀ ਨੂੰ, ਕਹਿੰਦੇ ਭਾਗਵਾਨੇ ਗੁਰੂ ਰਾਮਦਾਸ ਮਹਾਰਾਜ ਜੀ ਅੱਜ ਮਿਲੇ ਮੈਨੂੰ, ਸਤਿਗੁਰੂ ਜੀ ਖੁਸ਼ ਨੇ ਸਾਡੀ ਸੇਵਾ ਤੋਂ। ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਸੀ ਵੀ ਮੰਗ ਲੈ, ਕੀ ਮੰਗਣਾ, ਮੈਂ ਤੇ ਕੁਝ ਵੀ ਨਹੀਂ ਮੰਗਿਆ। ਬਾਬੇ ਆਦਮ ਦੀ ਘਰ ਵਾਲੀ ਬੀਬੀ ਕਹਿੰਦੀ, ਚਲੋ ਕੱਲ ਨੂੰ ਜੀ ਮੈਂ ਤੁਹਾਡੇ ਨਾਲ ਚੱਲਾਂ। ਦੂਸਰਾ ਦਿਨ ਚੜਿਆ, ਗੁਰੂ ਰਾਮਦਾਸ ਮਹਾਰਾਜ ਨੇ ਬੁਲਾਇਆ, ਬਾਬਾ ਆਦਮ ਜੀ ਗਏ, ਬਾਬੇ ਆਦਮ ਦੇ ਘਰੋਂ ਮਾਈ ਗਈ ਨਾਲ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਭਾਈ ਮੰਗੋ, ਕੀ ਮੰਗਣਾ, ਤੁਹਾਡੀ ਸੇਵਾ ਤੋਂ ਖੁਸ਼ ਹਾਂ। ਹੁਣ ਬਾਬਾ ਆਦਮ ਕਹਿੰਦਾ, ਸੱਚੇ ਪਾਤਸ਼ਾਹ ਕੀ ਦੱਸੀਏ, ਤੁਸੀਂ ਜਾਣੀ ਜਾਣ। ਬਾਬਾ ਆਦਮ ਜੀ, ਭਾਵੇਂ ਅਸੀਂ ਜਾਣੀ ਜਾਣਾ, ਪਰ ਤੁਹਾਨੂੰ ਸੰਗਤਾਂ ਦੇ ਸਾਹਮਣੇ ਬੋਲ ਕੇ ਦੱਸਣਾ ਪੈਣਾ ਵੀ ਕੀ ਲੈਣ ਆਏ ਤੁਸੀਂ ਸਾਡੇ ਦਰ। ਬਾਬੇ ਆਦਮ ਦੇ ਹੱਥ ਜੋੜੇ, ਦੋਨੇ ਜੀਆਂ ਨੇ ਹੱਥ ਜੋੜੇ, ਕਹਿੰਦੇ ਸੱਚੇ ਪਾਤਸ਼ਾਹ ਤੁਹਾਡਾ ਦਿੱਤਾ ਸਭ ਕੁਝ ਹੈ, ਬਸ ਇੱਕੋ ਕਮੀ ਹੈ, ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ।
ਔਲਾਦ ਹੋਵੇ ਹੁੰਦੀ ਤੇ ਸਾਡੀ ਬਜ਼ੁਰਗੀ ਜਿਹੜੀ ਸੌਖੀ ਲੰਘ ਜਾਂਦੀ। ਹੁਣ ਇੰਨੀ ਜ਼ਮੀਨ ਇੰਨਾ ਧਨ ਦੌਲਤ ਹੈ ਉਹ ਕਿਹਨੂੰ ਦੇ ਕੇ ਜਾਵਾਂਗੇ ਮਹਾਰਾਜ? ਔਲਾਦ ਦੀ ਦਾਤ ਮੰਗਣਾ ਹੈ ਤੁਹਾਡੇ ਚਰਨਾਂ ਵਿੱਚ। ਜਦੋਂ ਇਹ ਦਾਤ ਮੰਗੀ ਨਾ, ਕਹਿੰਦੇ ਗੁਰੂ ਰਾਮਦਾਸ ਮਹਾਰਾਜ ਨੇ ਜੀ ਅੱਖਾਂ ਬੰਦ ਕੀਤੀਆਂ, ਸੱਚੇ ਪਾਤਸ਼ਾਹ ਨੇ ਅੱਖਾਂ ਬੰਦ ਕੀਤੀਆਂ, ਕਾਫੀ ਸਮਾਂ ਅੱਖਾਂ ਬੰਦ ਹੀ ਰੱਖੀਆਂ ਗੁਰੂ ਰਾਮਦਾਸ ਮਹਾਰਾਜ ਨੇ ਤੇ ਅੱਖਾਂ ਖੋਲੀਆਂ ਨਹੀਂ ਜੀ। ਜਦੋਂ ਕਾਫੀ ਸਮੇਂ ਬਾਅਦ ਅੱਖਾਂ ਬੰਦ ਕੀਤੀਆਂ ਹੋਈਆਂ ਖੋਲੀਆਂ ਗੁਰੂ ਰਾਮਦਾਸ ਮਹਾਰਾਜ ਨੇ, ਬਾਬੇ ਆਦਮ ਨੂੰ ਗੁਰੂ ਰਾਮਦਾਸ ਕਹਿੰਦੇ ਬਾਬਾ ਆਦਮ ਤੁਸੀਂ ਇਸ ਜਨਮ ਔਲਾਦ ਮੰਗਦੇ ਹੋ, ਤੁਹਾਡੇ ਤੇ ਸੱਤ ਜਨਮ ਨਹੀਂ ਔਲਾਦ। ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦੇ ਤੁਹਾਡੇ ਸੱਤ ਜਨਮ ਨਹੀਂ ਔਲਾਦ ਹੋਣੀ, ਤੁਸੀਂ ਇੱਕ ਜਨਮ ਦੀ ਗੱਲ ਕਰਦੇ ਹੋ, ਤੁਹਾਡੇ ਕਰਮਾਂ ਵਿੱਚ ਨਹੀਂ ਹੈ ਸੰਤਾਨ। ਸੁਣਿਆ ਤੇਰੇ ਦਰ ਤੋਂ ਸਾਈਆਂ, ਬਾਬਾ ਆਦਮ ਜੀ ਕਹਿੰਦੇ ਰੋ ਰੋ ਕੇ ਬਾਬੇ ਆਦਮ ਦੇ ਘਰ ਵਾਲੀ ਅਰਦਾਸਾਂ ਕਰਦੇ ਨੇ। ਸੁਣਿਆ ਤੇਰੇ ਦਰ ਤੋਂ ਸਾਈਆਂ, ਖਾਲੀ ਕੋਈ ਨਮੁਨਿਆ ਤੇਰੇ ਤੇਰੀ ਨਾਲ ਜੁੜਿਆ ਏ।
ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਹੈ, ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ ਖਾਲੀ ਕੋਈ ਨਾ ਮੁੜਿਆ ਏ, ਟੁਕੜੇ ਟੁਕੜੇ ਹੋਇਆ ਇਹ ਮਨ, ਮੇਰ ਤੇਰੀ ਨਾਲ ਜੁੜਿਆ ਏ। ਬਾਬਾ ਆਦਮ ਗੁਰੂ ਰਾਮਦਾਸ ਮਹਾਰਾਜ ਨੂੰ ਕਹਿੰਦਾ ਪਾਤਸ਼ਾਹ ਉੱਥੇ ਵੀ ਤੁਸੀਂ ਲਿਖਣ ਵਾਲੇ ਹੋ ਤੇ ਇੱਥੇ ਵੀ ਤੁਸੀਂ ਲਿਖਣ ਵਾਲੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਚੋਲਾ ਸਹੀ ਮਿਲ ਗਿਆ ਨਾ ਤੇ ਫਿਰ ਹੋ ਜਾਂਦੀ ਹੈ ਮੇਰ ਕਿਰਪਾ ਹੋ ਜਾਂਦੀ ਹੈ। ਬਾਬਾ ਆਦਮ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਕਹਿ ਰਹੇ ਹੋ ਤੁਹਾਡੇ ਸੱਤ ਜਨਮ ਨਹੀਂ ਬੱਚਾ ਹੋ ਸਕਦਾ, ਪਰ ਤੁਸੀਂ ਤੇ ਇਹ ਵਚਨ ਕੀਤਾ ਜੋ ਮੰਗੋਗੇ ਮਿਲੂਗਾ, ਅਸੀਂ ਤੇ ਸੰਤਾਨ ਮੰਗੀ ਹੈ ਤੇ ਲੈ ਕੇ ਜਾਣੀ ਹੈ ਤੁਹਾਡੇ ਚਰਨਾਂ 'ਚ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਭਾਵੇਂ ਤੁਹਾਡੇ ਕਰਮਾਂ 'ਚ ਨਹੀਂ ਸੀ, ਸਾਡੇ ਘਰ ਚਾਰ ਪੁੱਤਰਾਂ ਨੇ ਜਨਮ ਲੈਣਾ ਸੀ, ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ, ਗੁਰੂ ਅਰਜਨ ਦੇਵ ਮਹਾਰਾਜ, ਤਿੰਨਾਂ ਨੇ ਜਨਮ ਲੈ ਲਿਆ, ਚੌਥੇ ਨੇ ਹਜੇ ਲੈਣਾ ਸੀ, ਉਹ ਚੌਥਾ ਪੁੱਤਰ ਤੁਹਾਡੇ ਘਰ ਜਨਮ ਲਏਗਾ। ਆਖੋ ਸਤਨਾਮ। ਫਿਰ ਇਹੋ ਜੀ ਗੁਰੂ ਰਾਮਦਾਸ ਮਹਾਰਾਜ ਦੀ ਮਿਹਰ ਹੋਈ ਜੀ ਬਾਬੇ ਆਦਮ ਦੇ ਘਰ, ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬੱਚਾ ਪੈਦਾ ਹੋਇਆ ਜੀ। ਤੇ ਗੁਰੂ ਰਾਮਦਾਸ ਮਹਾਰਾਜ ਨੇ ਕਹਿ ਦਿੱਤਾ ਸੀ ਤੁਹਾਡੇ ਘਰ ਪੈਦਾ ਹੋਵੇਗਾ ਬੱਚਾ, ਤੇ ਬੜੀਆਂ ਭਗਤੀਆਂ ਕਰਨ ਵਾਲਾ ਹੋਵੇਗਾ, ਬੰਦਗੀ ਕਰਨ ਵਾਲਾ ਹੋਵੇਗਾ, ਉਹਦਾ ਨਾਮ ਵੀ ਤੁਸੀਂ ਭਾਈ ਭਗਤੂ ਰੱਖਿਓ ਜੀ। ਫਿਰ ਉਹਨਾਂ ਨੇ ਭਾਈ ਭਗਤੂ ਲਿਖਿਆ ਰੱਖਿਆ ਜੀ ਨਾਮ। ਕਈ ਭਗਤਾਂ ਕਹਿ ਦਿੰਦੇ ਨੇ ਜਿਨ੍ਹਾਂ ਦੇ ਨਾਮ ਤੇ ਅੱਜ ਬਠਿੰਡੇ ਦੇ ਇਲਾਕੇ ਵਿੱਚ ਵੀ ਭਗਤਾ ਭਾਈ ਕਾ ਨਗਰ ਵਸ ਰਿਹਾ ਜੀ, ਉਹ ਭਾਈ ਭਗਤੂ ਦੇ ਨਾਮ। ਇਸ ਕਰਕੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂਕੈ ਵਸੈ ਕਾਮ ਤੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਕੋਈ ਗੁਰੂ ਦੇ ਦਰ ਤੇ ਆ ਕੇ ਮੰਗ ਲਵੇ, ਮੰਗਣ ਦਾ ਚੱਜ ਆ ਜਾਵੇ ਸਾਨੂੰ, ਗੁਰੂ ਸਾਹਿਬ ਦੇ ਦਰ ਤੇ ਆ ਕੇ ਖਾਲੀ ਝੋਲੀਆਂ ਭਰ ਜਾਂਦੀਆਂ ਜੀ। ਇੱਥੇ ਨਿਥਾਵਿਆਂ ਨੂੰ ਥਾਂ ਮਿਲਦਾ ਤੇ ਨਿਮਾਣਿਆਂ ਨੂੰ ਮਾਣ ਮਿਲਦਾ। ਇਸ ਕਰਕੇ ਆਓ ਜੀ ਹਮੇਸ਼ਾ ਯਤਨ ਕਰਿਆ ਕਰੀਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਪ੍ਰੇਮ ਨਾਲ ਅਸੀਂ ਦਾਤਾਂ ਮੰਗਿਆ ਕਰੀਏ, ਦਾਤਾਂ ਦੇ ਨਾਲ ਨਾਲ ਅਸੀਂ ਦਾਤੇ ਨੂੰ ਵੀ ਮੰਗ ਲਈਏ, ਕੇਵਲ ਕੱਲੀਆਂ ਦਾਤਾਂ ਹੀ ਨਾ ਮੰਗਿਆ ਕਰੀਏ, ਦਾਤੇ ਨੂੰ ਵੀ ਮੰਗ ਲਈਏ, ਦਾਤੇ ਦੀ ਵੀ ਮੰਗ ਕਰੀਏ, ਨਾਮ ਦੀ ਵੀ ਮੰਗ ਕਰੀਏ। ਜਦੋਂ ਨਾਮ ਆ ਗਿਆ ਫਿਰ ਸਾਰੀਆਂ ਦਾਤਾਂ ਤੇ ਆਪਣੇ ਆਪ ਹੀ ਆ ਜਾਣਗੀਆਂ। ਇਸ ਕਰਕੇ ਆਓ ਜੀ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਤਮਾਮ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਸੰਗਤ ਅਤੇ ਗੁਰੂ ਬਖਸ਼ਣ ਯੋਗ ਹੈ ਸਾਰੀ ਸੰਗਤ ਨੇ ਭਾਈ ਅਨੰਦ ਸਾਹਿਬ ਜੀ ਦੇ ਪਾਠ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ। ਰਾਮ ਕਲੀ ਮਹਲਾ ਤੀਜਾ, ਰਾਮ ਕਲੀ ਮਹਲਾ ਤੀਜਾ,
ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮਿਰਮਾਇ ਸਤਿਗੁਰ ਮੈਂ ਕਰਨੀ ਆਪੋ ਰਾਤ ਹੀ